ਸ਼ਿਕਾ ਲਾਂਟੀ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੈ ਹੋਰ ਪਰਿਵਾਰ ਠੀਕ ਪੁੱਤ ਸਭ ਵਧੀਆ ਵਧੀਆ ਤੁਸੀਂ ਸੁਣਾਓ ਬਰੀ ਬੰਦਗੀ ਠੀਕ ਠਾਕ ਜਿਉਂਦਾਬਸਤ ਰਹੇ ਪੁੱਤ ਹੋਰ ਠੀਕ ਠਾਕ ਹੋ ਤਗੜੇ ਹੋ ਜੀ ਹਾਂ ਪੁੱਤ ਠੀਕ ਠਾਕ ਚਲੋ ਬੈਠੋ ਆਓ ਇੱਧਰ ਹਾਂ ਜੀ ਆ ਸੌਰੀ ਆ ਡੱਬਾ ਜੀ ਆਪਣੇ ਹੈਗੀ ਆ ਲੋਹੜੀ ਭਤੀਜੇ ਦੀ ਤੇ ਤੁਸੀਂ ਸਾਰੇ ਪਰਿਵਾਰ ਨੇ ਨਾ ਜ਼ਰੂਰ ਆਉਣਾ ਪੁੱਤ ਤੂੰ ਫੋਨ ਤੇ ਕਹਿੰਦਾ ਐਦੀ ਕਾ ਤੇ ਖੇਚਲ ਕਰੀ ਜਿੰਨੀ ਨਹੀਂ ਇੰਨਾ ਤਾਂ ਫਿਰ ਬਣਦਾ ਹੀ ਆ ਨਾ ਜੀ ਏ ਹਾਂ ਤੁਸੀਂ ਚੱਲ ਗਾ ਦੀ ਚਲੋ ਮੂ ਮਿੱਠਾ ਕਰ ਲਓ ਮਿਠਾਈ ਲੈ ਕੇ ਆਏ ਆ ਤੁਹਾਡੇ ਲਈ ਹਾਂਜੀ ਤੇ ਸਾਰੇ ਜਾਣੇ ਜੀ ਨਾ ਜਰੂਰ ਆਇਓ ਪੁੱਤ ਜਰੂਰ ਆਵਾਂਗੇ ਜੀ ਆਉਂਗਾ ਆਵਾਂਗੇ ਹੁਣ ਤੁਸੀਂ ਦੱਸੋ ਕੀ ਖਾਣਾ ਪੀਣਾ ਕੁਛ ਨਹੀਂ ਨਹੀਂ ਬਸ ਇਹ ਅਸੀਂ ਲੋੜ ਨਹੀਂ ਬਸ ਹੁਣ ਡੱਬੇ ਦੇਣ ਚੱਲੇ ਸਾਂ ਸਾਰੇ ਰਿਸ਼ਤੇਦਾਰਾਂ ਵੱਲ ਤੁਹਾਡੇ ਤੋਂ ਹੀ ਸ਼ੁਰੂਆਤ ਕਰੀਏ ਰੋਟੀ ਦਾ ਟਾਈਮ ਪੁੱਤ ਤੂੰ ਤਾਂ ਰੋਟੀ ਖਾ ਕੇ ਚਲੇ ਜਾਏ ਹੋ ਨਹੀਂ ਫੇਰ ਚਲੋ ਫੇਰ ਸੇ ਲੇਟ ਹੋ ਜਾਣਾ ਅਸੀਂ ਨਾ ਨਿਕਲਦਿਆਂ ਹੁਣ ਤੇ ਤੁਸੀਂ ਸਾਰੇ ਜਾਣੇ ਆਇਓ ਫੇਰ ਸਾਰੇ ਆਵਾਂਗੇ ਅਸੀਂ ਚੰਗਾ ਓਕੇ ਠੀਕ ਹੈ ਸਸ਼ਿਕਾ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਤੁਹਾਡਾ ਠੀਕ ਆ ਵੀਰੇ ਹੋਰ ਸੁਣਾਓ ਭੈਣ ਜੀ ਕਿੱਦਾਂ ਸੈਮੀ ਨਾਜ ਹੋਣੀ ਕਿੱਧਰ ਗਏ ਠੀਕ ਆ ਵੀਰੇ ਇੱਧਰੇ ਗਏ ਹੋਣਗੇ ਮੈਨੂੰ ਕਿਹੜਾ ਦੱਸ ਕੇ ਜਾਂਦੇ ਨੇ ਤੁਨ ਜਵਾਕਾਂ ਦਾ ਪਤਾ ਹੀ ਅੱਜ ਕੱਲ੍ਹ ਦਿਆਂ ਦਾ ਡੋ ਅੱਜ ਤੁਸੀਂ ਵੀ ਬੜੇ ਅਫਸੈਟ ਲੱਗਦੇ ਖੁਸ਼ ਨਹੀਂ ਲੱਗਦੇ ਕੀ ਦੱਸਾਂ ਆ ਜਾਂਦਾ ਦੇਖੀ ਹੁਣ ਮੇਰਾ ਭਾਣ ਜਾ ਹਾਂ ਮੋਰੇ ਮਿਲਿਆ ਹਾਂ ਮਾਂ ਦੀ ਸਲਾਹ ਨਹੀਂ ਲਈ ਕਦੇ ਪਿਓ ਦੀ ਨਹੀਂ ਲਈ ਅ ਜਦੋਂ ਮੇਰੇ ਪੁੱਤ ਤੇ ਦੀ ਲੋਹੜੀ ਸੀ ਮੈਂ ਸਾਰੇ ਟੱਬਰ ਨੂੰ ਕੱਪੜੇ ਦੇ ਕੇ ਆਈ ਚਾਰ ਡੱਬੇ ਦੇ ਕੇ ਆਈ ਆ ਦਫਾ ਹੋਣਾ 1 ਕਿਲੋ ਦਾ ਟੱਬਾ ਮੇਰਾ ਸਹਣਾ ਨੇ ਮੱਥਾ ਡੰਮ ਗਿਆ ਆਜੋ ਜੀ ਲੋਹੜੀ ਤੇ ਇਹ ਜੱਜ ਅੱਜ ਕੱਲ ਰਿਸ਼ਤੇਦਾਰੀ ਹੈ ਜਿੰਨਾ ਮਰਜੀ ਦੇ ਲੋ ਉਹਨਾਂ ਦਾ ਭੁੱਲ ਜਾਂਦਾ ਆ ਨਾ ਮਾਂ ਆਪਣੇ ਨੌਰਾਣੀ ਪੇਕਿਆਂ ਨੂੰ ਦੇਈ ਜਾਂਦੀ ਆ ਮਾਸੇ ਮੂਸੀਆਂ ਤਾਂ ਹੁਣ ਕਿੱਧਰ ਹੀ ਗਈਆਂ ਭੈਣ ਜੀ ਹੈਗੇ ਤਾਂ ਤੁਸੀਂ ਸਿਆਣੇ ਆ ਆਪ ਖੁਦ ਪਰ ਮੈਂ ਤਾਂ ਇੱਕ ਚੀਜ਼ ਦੇਖੀ ਆ ਵੀ ਇਹ ਜਿਹੜੇ ਗਿਫਟ ਗਿਫਟ ਆ ਮਠਿਆਈਆਂ ਇਹ ਤਾਂ ਬੰਦਾ ਹੀ ਹੋਣੇ ਚਾਹੀਦੇ ਆ ਕੋਈ ਕਿਹੜਾ ਕਿਸੇ ਦੇ ਖਾਣ ਦਾ ਭੁੱਖਾ ਹੁੰਦਾ ਕਿਸੇ ਨੂੰ ਕੋਈ ਦੋ ਵੱਧ ਦੇ ਦਿੱਤੇ ਕਿਸੇ ਨੇ ਘੱਟ ਦੇ ਦਿੱਤੇ ਚਲੋ ਤੁਹਾਡੇ 'ਚ ਸਰਦਾ ਹੋਊਗਾ ਤੁਸੀਂ ਵੱਧ ਦੇ ਦਿੱਤੇ ਕੀ ਪਤਾ ਉਹਨਾਂ ਦੇ ਕਿੰਨੇ ਰਿਸ਼ਤੇਦਾਰ ਹੋਗੇ ਕੀ ਪਤਾ ਤੁਹਾਡੇ 500 ਹੋਗੇ ਉਹਨਾਂ ਦਾ ਕਰਿਆ 1000 ਹੋਵੇ ਤੇ ਇਦਾਂ ਆਵੇ ਆਪਾਂ ਉਹਨਾਂ ਦੀ ਖੁਸ਼ੀ 'ਚ ਸ਼੍ਰੀਕ ਹੋਣਾ ਨਾ ਕਿ ਆਪਾਂ ਮਠਿਆਈਆਂ ਖਾਣੀਆਂ ਦੇਖਣੀਆਂ ਇਹ ਤਾਂ ਰਵਾਜ ਬੰਦ ਹੋਣੇ ਚਾਹੀਦਾ ਪਿਆਰ ਦੇ ਵਿੱਚ ਫਿੱਕ ਪਾਉਂਦੇ ਆ ਇਹ ਰਿਸ਼ਤੇਦਾਰੀਆਂ ਦੇ ਵਿੱਚ ਕਿਸੇ ਨੂੰ ਕੋਈ ਆਪਣੀ ਹیثیت ਦੇ ਮੁਤਾਬਕ ਗਿਫਟ ਦਿੰਦਾ ਦੂਜਾ ਘਰ ਜਾ ਕੇ ਦੇਖਦਾ ਵੀ ਮੈਂ ਇਹਨੂੰ ਐਡਾ ਗਿਫਟ ਦਿੱਤਾ ਸੀਗਾ ਤੇ ਇਹਨੇ ਮੈਨੂੰ ਆਹ ਸਸਤਾ ਜਿਹਾ ਸੂਟ ਦਿੱਤਾ। ਉਹਨਾਂ ਦੇਖੋ ਪਿਆਰ ਭਾਵਨਾ ਦੇਖੋ ਅਗਲੇ ਦੀ ਉਹਦੇ ਵਿੱਚ ਪਿਆਰ ਹੈ ਅਗਲੇ ਦਾ ਤੁਹਾਨੂੰ ਉਹ ਐਡੀ ਦੂਰੋਂ ਆਏ ਆ ਦੋਏ ਜਾਣੇ ਆਏ ਆ ਪਿਆਰ ਨਾਲ ਤੁਹਾਨੂੰ ਇਨਵੀਟੇਸ਼ਨ ਦੇਣ ਆਏ ਆ ਸੱਦਣ ਆਏ ਆ ਤੇ ਤੁਸੀਂ ਆਹ ਜਿਹੜਾ ਜੇ ਮਠਿਆਈ ਘੱਟ ਵੀ ਹੋ ਗਈ ਕੋਈ ਗੱਲ ਨਹੀਂ ਹੋਰ ਲੈ ਕੇ ਦੁਕਾਨ ਤੋਂ ਖਾ ਲਿਓ। ਤੁਸੀਂ ਉਹਨਾਂ ਦੀ ਖੁਸ਼ੀ ਸੀ ਤਾਂ ਜਾਓ। ਮੂੰਹ ਤਾਂ ਸਿੱਧਾ ਰੱਖੋ। ਤੁਸੀਂ ਤਾਂ ਇੱਦਾਂ ਬੈਠੇ ਆ ਜਿੱਦਾਂ ਕੁਝ ਪਤਾ ਨਹੀਂ ਮੈਂ ਸੋਚਿਆ ਪਤਾ ਨਹੀਂ ਕੀ ਹੋ ਗਿਆ। ਜਿਹੜਾ ਵਿਖਰਿਆ ਕੋਈ ਇੰਡੀਆ ਤੋਂ ਹੀ ਮਾੜਾ ਫੋਨ ਆ ਗਿਆ। ਉਹ ਤਾਂ ਗੱਲ ਮੈਂ ਤੁਹਾਡੀ ਮੰਨਦੀ ਆਂ ਬਾਜੀ ਉਹਨਾਂ ਤਾਂ ਦੇਣ ਜਿੰਨਾ ਮੈਂ ਦੇ ਕੇ ਆਈ ਆ ਹੁਣ ਜਮਾ ਹੀ ਨਾ ਥੱਲੇ ਲੱਗਣ ਵੀ ਇੱਕ ਡੱਬਾ ਮੈਂ ਵੀ ਆਪਣੇ ਨੌਪੁੱਤ ਨੂੰ ਕੀ ਮੂੰਹ ਦਿਖਾਉਂਗੀ ਉਹ ਕਹਿਣਗੇ ਜਦੋਂ ਤਾਂ ਮਾਂ ਘਰੋਂ ਚਾਰ-ਚਾਰ ਚੱਕ ਕੇ ਲੈ ਕੇ ਜਾਂਦੀ ਸੀ ਅੱਜ ਤਹਰਾ ਇੱਕ ਡੱਬੇ ਨਾਲ ਮੱਥਾ ਡੰਮਗੇ ਜੀ ਤੁਸੀਂ ਛੱਡੋ ਨੌਪੁੱਤ ਦੀ ਨੌਪੁੱਤ ਤਾਂ ਤੁਹਾਡੇ ਅੱਜ ਕੱਲ ਦੇ ਜਮਾਨੇ ਦੇ ਆ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੇ ਆ ਤੁਸੀਂ ਵੀ ਸਮਾਂ ਪੁਰਾਣੇ ਜਮਾਨੇ ਚੋਂ ਨਿਕਲ ਕੇ ਨਵੇਂ ਚਾਓ ਇਹ ਜਿਹੜੇ ਆ ਚੀਜ਼ਾਂ ਲੈਣ ਦੇਣ ਨੇ ਤਾਂ ਕਿੰਨੇ ਘਰ ਪੱਟੇ ਆ ਗਏ ਆ ਦਾਜ ਨੇ ਕਿੰਨੇ ਘਰ ਪੱਟੇ ਲੈਣ ਦੇਣ ਚ ਆ ਵੀ ਅਜੇ ਤੁਸੀਂ ਕਹਿੰਦੇ ਅਸੀਂ ਉਹਨਾਂ ਨੂੰ ਵਾਅਦਾ ਦਿੱਤਾ ਤੁਸੀਂ ਨਾ ਦਿੰਦੇ ਉਹ ਕਹਿੰਦਾ ਉਹ ਮੰਗਦੇ ਸੀ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਪਿਆਰ ਦੇ ਨਾਲ ਭਾਵੇਂ ਅਗਲਾ ਚਾਹ ਦਾ ਕੱਪ ਪਾਣੀ ਦਾ ਕੱਪ ਪੜਾ ਦੇਵੇ ਕੋਈ ਕਿਸੇ ਦਾ ਖਾਣ ਥੋੜਾ ਜਾਂਦਾ ਹੁਣ ਭਾਜੀ ਮੈਨੂੰ ਇੱਕ ਸਲਾਹ ਦਵੋ ਵੀ ਮੈਂ ਹੁਣ ਸ਼ਗਨ ਪਾਵਾਂ ਕਿ ਨਾ ਪਾਵਾਂ ਭੈਣ ਜੀ ਘੰਟਾ ਤਾਂ ਹੋ ਗਿਆ ਗੱਲਾਂ ਸਮਝਾਉਂਦਿਆਂ ਨੂੰ ਜਦੋਂ ਹੁਣ ਤੁਸੀਂ ਸ਼ਗਨ ਪਾ ਲੈਣਾ ਉਸ ਤੋਂ ਬਾਅਦ ਫੇਰ ਤੁਸੀਂ ਸੋਚਣਾ ਹੈ ਵੀ ਸਾਨੂੰ ਉਹ ਤੋਂ ਵੱਧ ਮਿਲੇ ਜਾ ਉਹ ਨਹੀਂ ਮੋੜਨਾ ਇਹਨਾਂ ਚੀਜ਼ਾਂ ਤੋਂ ਤਾਂ ਬੰਦੇ ਨੇ ਚੀਜ਼ਾਂ ਨੂੰ ਕਰਨਾ ਚਾਹੀਦਾ ਆ ਪਿਆਰ ਜਿਹੜਾ ਆ ਉਹ ਚੀਜ਼ਾਂ ਨਾਲ ਥੋੜੋ ਤੁਲਣਾ ਕਰਨੀ ਉਹਦੀ ਪਿਆਰ ਚੀਜ਼ਾਂ ਨਾਲ ਤੋਲਿਆ ਜਾਂਦਾ ਜਿਵੇਂ ਤੁਹਾਨੂੰ ਪਿਆਰ ਨਾਲ ਆਇਆ ਤੁਸੀਂ ਪਿਆਰ ਨਾਲ ਜਾਓ ਇਸ ਕਰਕੇ ਜਿਹੜੇ ਸਿਆਣੇ ਬੰਦੇ ਆ ਉਹ ਲਫਾਫਿਆਂ ਚ ਪਾ ਕੇ ਵੀ ਸਗਨ ਤਾਂ ਦਿੰਦੇ ਹੁੰਦੇ ਸੀ ਕਿ ਕਿਸੇ ਨੂੰ ਦਿਸੇ ਨਾ ਤੁਸੀਂ ਬੰਦਾ ਹੀ ਕਰੋ ਤਾਂ ਸਮੇਂ ਰਿਵਾਜ ਜਿਹੜੇ ਰਿਵਾਜ ਆ ਪਰਿਵਾਰਾਂ ਦੇ ਵਿੱਚ ਪਿਆਰਾਂ ਦੇ ਵਿੱਚ ਫਿੱਕ ਪਾਉਂਦੇ ਆ ਉਹ ਰਿਵਾਜ ਬੰਦ ਹੋਣੇ ਚਾਹੀਦੇ ਆ ਤੁਸੀਂ ਸ਼ੁਰੂਆਤ ਕਰੋ ਸਮਝ ਗਈ ਤੁਹਾਡੀ ਗੱਲ ਮੈਂ ਸਮਝਣਾ ਚਾਹੀਦਾ ਸਾਰਿਆਂ ਨੂੰ